ਹਿੰਦੁਸਤਾਨ ਅਤੇ ਪਾਕਿਸਤਾਨ ਦਾ ਜਨਮ ਦਿਹਾੜ ਹੈ। 74 ਸਾਲ ਕੌਮਾਂ ਦੀ ਜ਼ਿੰਦਗੀ 'ਚ ਕੋਈ ਲੰਮਾ ਟਾਈਮ ਨਹੀਂ ਹੁੰਦਾ, ਇਸ ਲਈ ਅਸੀਂ ਕਹਿ ਸਕਦੇ ਹਾਂ ਵੀ ਅੱਜ ਇੱਕ ਬੇਬੀ ਦੀ ਹੈਪੀ ਬਰਥਡੇ ਹੈ ਅਤੇ ਕੱਲ੍ਹ ਦੂਸਰੇ ਦੀ। ਜੰਮੇ ਇੱਕੋ ਦਿਨ ਸਨ ਪਰ ਇਹ ਫੈਸਲਾ ਉਦੋਂ ਹੀ ਹੋ ਗਿਆ ਸੀ ਕਿ ਸਾਡਾ ਅੱਜ ਤੋਂ ਵੈਰ ਹੈ, ਨਾ ਸਾਡੀਆਂ ਖੁਸ਼ੀਆਂ ਸਾਂਝੀਆਂ ਨਾ ਸਾਡੇ ਗਮ। ਲੇਕਿਨ ਹੈਪੀ ਬਰਥਡੇ 'ਤੇ ਸ਼ਗਨਾਂ ਵਾਲਾ ਵਕਤ ਹੁੰਦਾ ਅਤੇ ਬੰਦੇ ਦਾ ਮੂੰਹ ਜਿਹੋ ਜਿਹਾ ਵੀ ਹੋਵੇ, ਗੱਲ ਉਹਨੂੰ ਕੋਈ ਚੰਗੀ ਸੋਚਣੀ ਚਾਹੀਦੀ ਹੈ। ਅਤੇ ਮੈਨੂੰ ਇੱਕ ਗੱਲ 'ਤੇ ਹਮੇਸ਼ਾ ਹਾਸਾ ਹੁੰਦਾ ਕਿ ਹਿੰਦੁਸਤਾਨ ਵਾਲੇ ਜਾਂ ਪਾਕਿਸਤਾਨੀ ਜਿਹੜੇ ਕਦੀ ਪਹਿਲੇ ਇੱਕ ਦੂਸਰੇ ਨੂੰ ਨਾ ਮਿਲੇ ਹੋਣ, ਜਦੋਂ ਕਦੀ ਮਿਲਦੇ ਨੇ ਤਾਂ ਇੰਝ ਲੱਗਦਾ ਜਿਵੇਂ ਬਚਪਨ 'ਚ ਕਿਸੇ ਮੇਲੇ 'ਚ ਵਿਛੜ ਗਏ ਸਨ ਅਤੇ ਪਹਿਲੀ ਗੱਲ ਵੀ ਇਹੀ ਕਰਦੇ ਨੇ ਕਿ ਵੀ ਤੁਸੀਂ ਤਾਂ ਬਿਲਕੁਲ ਸਾਡੇ ਵਰਗੇ ਹੀ ਹੋ। ਲੱਗਦਾ ਸਾਡੀਆਂ ਹਕੂਮਤਾਂ ਨੇ ਸਾਨੂੰ ਇਸ ਗੱਲ 'ਤੇ ਯਕੀਨ ਦਵਾ ਦਿੱਤਾ ਕਿ ਬਾਰਡਰ ਦੇ ਦੂਸਰੇ ਪਾਸੇ ਤਾਂ ਸਿਰਫ ਬਾਂਦਰ ਹੀ ਰਹਿੰਦੇ ਨੇ। ਸਾਨੂੰ ਸ਼ੁਰੂ ਤੋਂ ਪੜ੍ਹਾਇਆ ਗਿਆ ਸੀ ਵੀ ਸਾਡਾ ਦੁਸ਼ਮਣ ਇੱਕੋ ਹੀ ਹੈ, ਉਹ ਹੈ ਇੰਡੀਆ। ਦੁਸ਼ਮਣ ਵੱਡਾ ਹੈ, ਇਸ ਲਈ ਭਾਵੇਂ ਸਾਨੂੰ ਹਜ਼ਾਰ ਸਾਲ ਲੜਨਾ ਪਵੇ ਅਸੀਂ ਲੜਾਂਗੇ, ਸਾਨੂੰ ਰੋਟੀ ਦੀ ਬਜਾਏ ਘਾਹ ਖਾਣੀ ਪਵੇ ਅਸੀਂ ਘਾਹ ਖਾਵਾਂਗੇ। ਪਾਕਿਸਤਾਨ ਦੇ ਜ਼ਿਆਦਾਤਰ ਨੌਜਵਾਨਾਂ ਨੇ ਹਿੰਦੂ ਸਿਰਫ ਫਿਲਮਾਂ 'ਚ ਵੇਖੇ ਨੇ, ਲੇਕਿਨ ਸਾਡਾ ਸਭ ਤੋਂ ਵੱਡਾ ਵੈਰੀ ਕੌਣ ਹੈ? ਹਿੰਦੂ ਅਤੇ ਨਾਲ ਉਹਦਾ ਹਿੰਦੁਸਤਾਨ। ਹੁਣ ਇੰਡੀਆ ਵਾਕਈ ਵੱਡਾ ਮੁਲਕ ਹੈ, ਇਸ ਲਈ ਉਹਨੇ ਸਮਝਿਆ ਵੀ ਇੱਕ ਦੁਸ਼ਮਣ ਪਾਕਿਸਤਾਨ ਕਾਫੀ ਨਹੀਂ, ਇਸ ਲਈ ਉਹਨੇ ਆਪਣੇ ਘਰ 'ਚ ਹੀ ਛੋਟੇ ਛੋਟੇ ਪਾਕਿਸਤਾਨ ਅਤੇ ਪਾਕਿਸਤਾਨੀ ਲੱਭ ਲਏ। ਕਸ਼ਮੀਰੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣੇ ਕਸ਼ਮੀਰ ਨੂੰ ਬੜੀ ਜੰਨਤ ਸਮਝਦੇ ਹੋ, ਵੇਖਾਂਗੇ ਕਿ ਤੁਸੀਂ ਕਿਵੇਂ ਆਜ਼ਾਦੀ ਦੇ ਨਾਅਰੇ ਮਾਰਦੇ। ਇਹ ਜਿਹੜੀ ਨਸਲ ਅਸੀਂ ਤਿਆਰ ਕੀਤੀ ਹੈ, ਜਿਹੜੀ ਕਿਸੇ ਗਰੀਬ ਦੇ ਘਰ ਵੱਡਾ ਗੋਸ਼ਤ ਲੱਭ ਕੇ ਉਹਨੂੰ ਮਾਰ ਛੱਡਦੀ ਹੈ, ਕਿਸੇ ਬੁੱਢੇ ਮੁਸਲਮਾਨ ਨੂੰ ਘੇਰ ਕੇ ਨਾਮ ਨਾਮ ਦੇ ਨਾਅਰੇ ਲਵਾਉਂਦੀ ਹੈ, ਇੰਝ ਜਾਪਦਾ ਵੀ ਪਾਰਟੀਸ਼ਨ ਅਜੇ ਮੁੱਕੀ ਨਹੀਂ ਬਲਕਿ ਪਾਰਟੀਸ਼ਨ ਸ਼ੁਰੂ ਹੋਈ ਹੈ। ਜਿਹੜੇ ਪਾਰਟੀਸ਼ਨ ਦੇ ਖੂਨੀ ਕਿੱਸੇ ਬਜ਼ੁਰਗਾਂ ਕੋਲੋਂ ਸੁਣੀ ਦੇ ਸਨ, ਉਹ ਹੁਣ ਯੂਟਿਊਬ 'ਤੇ ਘਰ ਬੈਠੇ ਵੇਖ ਲਈਦੇ ਨੇ। ਇੱਧਰ ਸਾਡੇ ਪਾਸੇ ਵੀ ਮਾਵਾਂ ਕੁਰਲਾਉਂਦੀਆਂ ਨੇ ਵੀ ਤੁਸੀਂ ਸਾਡੇ ਪੁੱਤਰ ਚੁੱਕ ਲਏ ਸਨ, ਉਹ ਕਿੱਥੇ ਗਏ? ਅੰਗਰੇਜ਼ ਵੀ ਬੜਾ ਜ਼ਾਲਮ ਸੀ ਪਰ ਬੰਦੇ ਨੂੰ ਕਾਲੇ ਪਾਣੀ ਵੀ ਭੇਜਦਾ ਸੀ ਅਤੇ ਦੱਸ ਦਿੰਦਾ ਸੀ ਬੰਦਾ ਕਿੱਥੇ ਗਿਆ ਹੈ, ਤੁਸੀਂ ਤਾਂ ਸਾਡਾ ਬੰਦਾ ਗਾਇਬ ਕਰਕੇ ਮੁੱਕਰ ਜਾਂਦੇ ਹੋ। ਅਤੇ ਅੱਗੋਂ ਸਾਡੇ ਆਪਣੇ ਦੇਸ਼ ਭਗਤ ਜਵਾਬ ਦਿੰਦੇ ਨੇ ਵੀ ਤੁਹਾਡੇ ਪੁੱਤਰ ਇੰਡੀਆ ਟੁਰ ਗਿਆ ਹੋਣਗੇ। ਇਹ ਜਿਹੜੀ ਕਠੋਰ ਅਤੇ ਖੂਨ ਦੀ ਪਿਆਸੀ ਨਸਲ ਅਸੀਂ ਤਿਆਰ ਕੀਤੀ ਹੈ, ਇਹਦੇ ਵਿੱਚ ਸਾਰਿਆਂ ਹਿੱਸਾ ਪਾਇਆ, ਸਿਆਸਤਦਾਨਾਂ ਅਤੇ ਸੇਠਾਂ ਨੇ ਜ਼ਿਆਦਾ ਪਾਇਆ, ਲੇਕਿਨ ਸਾਡੇ ਵਰਗੇ ਸਾਫੀਆਂ, ਲਿਖਾਰੀਆਂ, ਗਾਇਕਾਂ ਅਤੇ ਦੂਸਰੇ ਫਨਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਭਲੇ ਵਕਤਾਂ 'ਚ ਮੈਂ ਦਿੱਲੀ ਗਿਆ, ਉੱਥੇ ਨਵੀਂ ਫਿਲਮ ਲੱਗੀ ਸੀ ਬਾਰਡਰ, ਮੈਂ ਸੈਨਮੇ ਪਹੁੰਚ ਗਿਆ ਫਿਲਮ ਦੇਖਣ। ਸੈਨਮੇ ਵਿੱਚ ਬੰਦੇ 'ਤੇ ਬੰਦਾ ਚੜਿਆ, ਹਾਊਸਫੁੱਲ ਦੇ ਬੋਰਡ ਲੱਗੇ, ਲੇਕਿਨ ਫਿਰ ਤਸੱਲੀ ਹੋਈ ਕਿ ਟਿਕਟਾਂ ਬਲੈਕ ਕਰਨ ਵਾਲਾ ਭਰਾ ਵੀ ਉੱਥੇ ਖਲੋਤਾ ਸੀ। ਮੈਂ ਉਹਨੂੰ ਜਾ ਕੇ ਦੱਸਿਆ ਵੀ ਮੈਂ ਪਾਕਿਸਤਾਨੋਂ ਆਇਆ ਅਤੇ ਪਹਿਲੀ ਵਾਰੀ ਤੁਹਾਡੇ ਮੁਲਕ ਆਇਆ। ਉਹਨੇ ਕਿਹਾ ਭਾਵੇਂ ਤੂੰ ਬਲੈਕ 'ਚੋਂ ਆਇਆ ਹੋਵੇਂ, ਟਿਕਟ ਤਾਂ ਬਲੈਕ 'ਚ ਹੀ ਮਿਲੇਗਾ ਅਤੇ ਪੈਸੇ ਵੀ ਪੂਰੇ ਲਵਾਂਗਾ। ਮੈਂ ਬਲੈਕ 'ਚ ਟਿਕਟ ਲੈ ਕੇ ਬਾਰਡਰ ਵੇਖੀ, ਇੱਕ ਗਾਣਾ ਅੱਜ ਤੱਕ ਯਾਦ ਹੈ ਕਿ ਸੰਦੇਸੇ ਆਤੇ ਹੈ, ਚਿੱਠੀ ਆਤੀ ਹੈ, ਪੁੱਛੇ ਜਾਤੀ ਹੈ ਕਿ ਘਰ ਕਬ ਆਓਗੇ। ਲੇਕਿਨ ਫਿਰ ਫਿਲਮ ਵਿੱਚ ਪਾਕਿਸਤਾਨ ਨੂੰ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ। ਫਿਲਮ ਦਾ ਹੀਰੋ ਸਨੀ ਦਿਓਲ ਇੱਕ ਗਾਲ ਕੱਢੇ ਅਤੇ ਫਿਲਮ ਵੇਖਣ ਵਾਲੇ ਅੱਗੋਂ 100 ਗਾਲਾਂ ਕੱਢਣ। ਮੇਰੇ ਪਾਕਿਸਤਾਨੀ ਖੂਨ ਨੇ ਵੀ ਜੋਸ਼ ਮਾਰਿਆ ਅਤੇ ਦਿਲ ਵਿੱਚ ਆਈ ਕਿ ਮੈਂ ਵੀ ਅੱਜ ਲਾਲ ਕਿਲੇ 'ਤੇ ਚੜ੍ਹਾਈ ਕਰ ਹੀ ਦਿਆਂ। ਫਿਰ ਦਿਲ ਨੇ ਸਮਝਾਇਆ ਕਿ ਤੂੰ ਬੰਦਾ ਇਕੱਲਾ ਹੈ, ਟਿਕਟ ਵੀ ਤੇਰੇ ਕੋਲ ਬਲੈਕ ਦੀ ਹੈ, ਬਸ ਫਿਲਮ ਵੇਖ ਅਤੇ ਘਰ ਜਾ। ਅੱਜ ਜਿਹੜੀ ਹੈਪੀ ਬਰਥਡੇ ਅਸੀਂ ਮਨਾ ਰਹੇ ਹਾਂ ਉਹਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਤੋਂ ਇਲਾਵਾ ਨੁੱਕਰ ਵਿੱਚ ਬੰਗਲਾਦੇਸ਼ ਵੀ ਬੈਠਾ ਹੈ। ਉਹਨਾਂ ਨੂੰ ਪਹਿਲੀ ਆਜ਼ਾਦੀ ਰਾਸ ਨਹੀਂ ਆਈ ਅਤੇ ਉਹਨਾਂ ਨੇ ਇੱਕ ਵਾਰੀ ਫਿਰ ਆਜ਼ਾਦੀ ਲਈ। ਇੱਕ ਵਾਰੀ ਮੈਨੂੰ ਇੱਕ ਬੰਗਲਾਦੇਸ਼ੀ ਬਜ਼ੁਰਗ ਨੇ ਸਮਝਾਇਆ ਸੀ ਕਿ ਅਸੀਂ ਹਿੰਦੁਸਤਾਨੀ ਅਤੇ ਪਾਕਿਸਤਾਨੀ ਆਜ਼ਾਦੀ ਦੀ ਕਦਰ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਘਰ ਬੈਠੇ ਮਿਲ ਗਈ ਸੀ, ਅਸੀਂ ਬੰਗਲਾਦੇਸ਼ੀਆਂ ਨੇ ਲੜ ਕੇ ਲਈ ਹੈ, ਇਸ ਲਈ ਅਸੀਂ ਜ਼ਰਾ ਜ਼ਿਆਦਾ ਖਿਆਲ ਰੱਖੀਦਾ। ਹੋ ਸਕਦਾ ਬੰਗਲਾਦੇਸ਼ੀ ਬਾਬੇ ਨੇ ਬੜੇ ਕੀ ਮਾਰੀ ਹੋਵੇ, ਲੇਕਿਨ ਇਹ ਗੱਲ ਸੋਚਣ ਵਾਲੀ ਹੈ ਕਿ ਅਗਰ ਅਸੀਂ ਆਜ਼ਾਦੀ ਲੈ ਕੇ ਆਪਣੇ ਲੋਕਾਂ ਨਾਲ ਉਹੀ ਕਰਨਾ ਸੀ ਜੋ ਅੰਗਰੇਜ਼ ਸਾਡੇ ਸਾਰਿਆਂ ਨਾਲ ਕਰਦਾ ਸੀ ਤਾਂ ਅਸੀਂ ਇਸ ਆਜ਼ਾਦੀ ਦਾ ਅਚਾਰ ਪਾਉਣਾ। ਅਤੇ ਜੇ ਸਾਡੇ ਮੁਲਕ ਆਜ਼ਾਦ ਹੋ ਗਏ ਤਾਂ ਲੇਕਿਨ ਸਾਡੀਆਂ ਰੂਹਾਂ ਉਂਝ ਹੀ ਕੈਦ ਰਹੀਆਂ ਤਾਂ ਇਸ ਆਜ਼ਾਦੀ ਦਾ ਕੀ ਫਾਇਦਾ? ਕਦੀ ਬਜ਼ੁਰਗਾਂ ਦੀ ਗੱਲ ਵੀ ਸੁਣ ਲਿਆ ਕਰੋ। ਸ਼ਾਹ ਹੁਸੈਨ ਫਰਮਾ ਗਏ ਸਨ, ਸੁਰਤ ਦੀ ਸੂਈ, ਪ੍ਰੇਮ ਦੇ ਧਾਗੇ, ਪਿਉਂਦ ਲਗੇ ਸਤ ਸੰਗੇ, ਕਹੇ ਹੁਸੈਨ ਫਕੀਰ ਸਾਈਂ ਦਾ, ਤਖ਼ਤ ਨਾ ਮਿਲਦੇ ਮੰਗੇ। ਹੈਪੀ ਬਰਥਡੇ, ਤੇਰਾ ਬਰਾਖਾ।